7 ਸੀ ਦੇ ਪ੍ਰਾਈਮ ਸ਼ੋਅ ਪ੍ਰਾਈਮ 7 ਵਿੱਚ ਤੁਹਾਡਾ ਸਵਾਗਤ ਹੈ ਤੇ ਸ਼ੋਅ ਵਿੱਚ ਅਸੀਂ ਅਕਸਰ ਗੱਲ ਕਰਦੇ ਹਾਂ ਸੰਜੀਦਾ ਮੁੱਦਿਆਂ ਦੀ ਉਹ ਮੁੱਦੇ ਜਿਹੜੇ ਸਾਡੇ ਸਾਰਿਆਂ ਨਾਲ ਸਰੋਕਾਰ ਰੱਖਦੇ ਨੇ ਸਾਨੂੰ ਹਰ ਕਿਸੇ ਨੂੰ ਟੁੰਬਦੇ ਨੇ ਪਰ ਅੱਜ ਟੁੰਬਣ ਵਾਸਤੇ ਇੱਕ ਅਸੀਂ ਬੜਾ ਪਿਆਰਾ ਜਿਹਾ ਵਿਸ਼ਾ ਚੁਣਿਆ ਹੈ ਇੱਕ ਐਸਾ ਪਿਆਰਾ ਜਿਹਾ ਵਿਸ਼ਾ ਜੋ ਇਸ ਜਹਾਨ ਤੋਂ ਉਸ ਜਹਾਨ ਤੱਕ ਸਾਨੂੰ ਜੋੜ ਦਿੰਦਾ ਹੈ ਆਪੀ ਅੱਜ ਗੱਲ ਕਰਨੀ ਹੈ ਸੂਫੀਜ਼ਮ ਦੀ ਸੂਫੀ ਸੰਗੀਤ ਦੀ ਗੱਲ ਕਰਨੀ ਹੈ ਇਸ ਵਾਸਤੇ ਸਾਡੇ ਨਾਲ ਬੜੇ ਹੀ ਖਾਸ ਮਹਿਮਾਨ ਮੌਜੂਦ ਨੇ ਸਾਡੇ ਨਾਲ ਗੁਆਂਢੀ ਮੁਲਕ ਤੋਂ ਸਾਡੇ ਖਾਸ ਮਹਿਮਾਨ ਸ਼ਾਹਿਦ ਅਲੀ ਖਾਨ ਸਾਹਿਬ ਜੋ ਕਿ ਸਭ ਤੋਂ ਜੇਕਰ ਇਹਨਾਂ ਦੀ ਵੱਡੀ ਇੰਟਰੋਡਕਸ਼ਨ ਕਰਾਵਾਂ ਕਿ ਜਿੱਥੇ ਬਾਕੀ ਇੰਟਰੋਡਕਸ਼ਨ ਤਾਂ ਆਪਣੀ ਆਪ ਹੀ ਦੇਣਗੇ ਪਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਇਹ ਸ਼ਾਗਿਰਦ ਨੇ ਅਤੇ 1988 ਤੋਂ ਲੈ ਕੇ ਉਹਨਾਂ ਦੇ ਨਾਲ ਇਹਨਾਂ ਨੇ ਲੰਮਾ ਸਮਾਂ ਬਿਤਾਇਆ ਤੁਹਾਡਾ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਅਤੇ ਗੱਲ ਅਸੀਂ ਕਿਉਂਕਿ ਸੂਫੀਜ਼ਮ ਦੀ ਗੱਲ ਆ ਸੂਫੀ ਸੰਗੀਤ ਦੀ ਗੱਲ ਹੈ ਅਤੇ ਥੋੜ੍ਹੀ ਜਿਹੀ ਪਹਿਲੀ ਮੁੱਢਲੀ ਜਿਹੀ ਜਾਣਕਾਰੀ ਕਿਉਂਕਿ ਕਈ ਮੇਰੇ ਵਰਗੇ ਅਨੁਭੋਲ ਉਹਨਾਂ ਨੂੰ ਸੂਫੀ ਦਾ ਹੀ ਨਹੀਂ ਪਤਾ ਸੂਫੀ ਕੀ ਚੀਜ਼ ਹੈ ਸੂਫੀ ਮਿਊਜ਼ਿਕ ਜਾਂ ਸੂਫੀ ਗਾਇਕੀ ਮੰਨੀ ਇਹ ਸਮਝ ਆਉਂਦੀ ਕਿ ਮਿਊਜ਼ਿਕ ਦੀ ਤਾਂ ਇੱਕ ਜ਼ੁਬਾਨ ਹੈ ਅਤੇ ਰੀਤ ਜੀ ਸੂਫੀ ਦੇ ਵਿੱਚ ਮਿਊਜ਼ਿਕ ਹੈ ਜਿਹੜਾ ਉਹਨੂੰ ਕਿਵੇਂ ਐਡਜਸਟ ਕੀਤਾ ਗਿਆ ਜੀ ਸੂਫੀ ਤਾਂ ਸੂਫੀ ਹੈ ਚਾਹੇ ਉਹ ਮਿਊਜ਼ਿਕ 'ਚ ਹੋਵੇ ਚਾਹੇ ਮਿਊਜ਼ਿਕ ਤੋਂ ਬਾਹਰ ਹੋਵੇ ਲੇਕਿਨ ਜਦੋਂ ਸੂਫੀ ਬੰਦਾ ਕੋਈ ਗੱਲ ਕਰਦਾ ਉਹ ਇਸ ਤਰ੍ਹਾਂ ਅਗਰ ਗੱਲ ਕਰੇ ਕਿ ਯਾਰ ਇਹ ਰਸਤਾ ਸਿੱਧਾ ਜਾਂ ਇਹ ਰਸਤਾ ਗਲਤ ਹੈ ਮੇਰਾ ਖਿਆਲ ਹੈ ਕਿ ਬੜੇ ਘੱਟ ਲੋਕ ਉਹਨੂੰ ਸਮਝਣਗੇ ਜਿਹੜੇ ਕੁਛ ਸਮਝਣਗੇ ਉਹਨਾਂ 'ਤੇ ਬੜੇ ਥੋੜ੍ਹੇ ਜਿਹੇ ਤਾਦਾਦ ਦੇ ਨਾਲ ਲੋਕ ਅਮਲ ਕਰਨਗੇ ਹੁਣ ਉਹਨਾਂ ਨੇ ਕੀ ਕੀਤਾ ਕਿ ਸੂਫੀ ਮਿਊਜ਼ਿਕ ਨੂੰ ਜਿਹੜਾ ਟ੍ਰਾਂਸਫਰ ਕੀਤਾ ਜਿੱਥੋਂ ਤੱਕ ਮੇਰੀ ਸੋਚ ਹੈ ਕਿ ਜਿਹੜੇ ਦੋਸਤ ਭਾਈ ਜਾਂ ਪਬਲਿਕ ਹੈ ਜਿਹੜੀ ਉਹ ਖਾਲੀ ਮੈਸੇਜ ਸੁਣਨਾ ਨਹੀਂ ਚਾਹੁੰਦੀ ਬਹੁਤ ਘੱਟ ਲੋਕ ਨੇ ਜਿਹੜੇ ਖਾਲੀ ਮੈਸੇਜ ਸੁਣਨਾ ਚਾਹੁੰਦੇ ਜਦੋਂ ਉਹਨੂੰ ਮਿਊਜ਼ਿਕ ਦੇ ਨਾਲ ਤੁਸੀਂ ਲੈ ਕੇ ਆਉਂਦੇ ਹੋ ਉਹ ਫਿਰ ਇੱਕ ਮਜਮਾ ਬਣ ਜਾਂਦਾ ਹੈ ਇੱਕ ਇੰਨੀ ਕੁ ਤਾਦਾਦ ਨਾਲ ਲੋਕ ਇਕੱਠੇ ਹੋ ਜਾਂਦੇ ਨੇ ਫਿਰ ਉਹੀ ਮੈਸੇਜ ਜਿਹੜਾ ਤੁਸੀਂ ਮਿਊਜ਼ਿਕ ਦੇ ਨਾਲ ਉਹ ਟ੍ਰਾਂਸਫਰ ਕਰਦੇ ਹੋ ਅਤੇ ਉਹ ਜਦੋਂ ਦੱਸਦੇ ਹੋ ਗੱਲ ਤੁਸੀਂ ਆਪਣੀ ਸੁਣਾ ਰਹੇ ਹੋ ਲੇਕਿਨ ਥੋੜ੍ਹਾ ਜਿਹਾ ਸਟਾਈਲ ਚੇਂਜ ਕੀਤਾ ਤੁਸੀਂ ਲੇਕਿਨ ਉਹ ਛੇਤੀ ਸਮਝ ਆ ਜਾਂਦੀ ਅਤੇ ਮੇਰਾ ਖਿਆਲ ਹੈ ਕਿ ਸੂਫੀ ਜਿਹੜਾ ਵਰਲਡ ਹੈ ਲਫਜ਼ ਹੈ ਇਹਦੀ ਟ੍ਰਾਂਸਲੇਟ ਅਗਰ ਕੀਤੀ ਜਾਏ ਤਾਂ ਬੜੀ ਸੋਚ ਦੀ ਬੜੀ ਗਹਿਰਾਈ ਦੀ ਗੱਲ ਆ ਸ਼ਾਇਦ ਮੇਰੀ ਅਕਲ ਵੀ ਨਹੀਂ ਉੱਥੋਂ ਤੱਕ ਕਿ ਸੂਫੀ ਕੀ ਚੀਜ਼ ਹੈ ਮੈਂ ਕਹਿੰਦਾ ਕਿ ਆਪਣੇ ਆਪ ਵੱਲ ਹੀ ਦੇਖ ਲੈ ਸਾਰਾ ਕੁਛ ਰੱਬ ਤੇ ਬੰਦੇ ਦੀ ਜ਼ਾਤ ਹੈ ਇੱਕ ਆ ਰੱਬ ਤੇ ਬੰਦੇ ਦੀ ਜ਼ਾਤ ਹੈ ਇੱਕ ਆ ਜਿਵੇਂ ਕੱਪੜੇ ਦੀ ਜ਼ਾਤ ਹੈ ਰੂਹ ਕੱਪੜੇ ਦੇ ਵਿੱਚ ਰੂਹ ਹੈ ਲੁਕਿਆ ਤੇ ਬੰਦੇ ਵਿੱਚ ਲੁਕਿਆ ਤੂੰ ਜੀ ਹੈ ਜੀ ਆਪੇ ਬੋਲੇ ਤੇ ਆਪੇ ਬੁਲਾਵੇਂ ਤੇ ਆਪੇ ਹੀ ਆਖੇ ਹੂੰ ਸ਼ਾਹ ਨਿਆਜ਼ ਐਨ ਕਸਰਤ ਹੈ ਵਾਹਦਤ ਉੱਥੇ ਮੁਤਲਿਕ ਮੈਂ ਨਾ ਤੂੰ ਤੇ ਗੱਲ ਚਾਹੇ ਮਿਊਜ਼ਿਕ ਦੇ ਨਾਲ ਕਰ ਲਓ ਚਾਹੇ ਉਸ ਤਰ੍ਹਾਂ ਕਰ ਲਓ ਮੈਂ ਅੱਗੇ ਅਰਜ਼ ਕਰ ਚੁੱਕਿਆ ਕਿ ਮੈਸੇਜ ਜਿਹੜਾ ਦੇਣਾ ਅਗਰ ਹੁਣ ਅਸੀਂ 15 ਸਾਲ ਜਾਂ 10 ਸਾਲ ਜਾਂ 20 ਸਾਲ ਦੇ ਬੱਚੇ ਨੂੰ ਅਸੀਂ ਮੈਸੇਜ ਦੇਵਾਂਗੇ ਤੇ ਉਹਨੂੰ ਕਿਵੇਂ ਦੇਣਾ ਜੀ ਤੇ ਬਿਲਕੁਲ ਉਹ ਫਿਰ ਮੈਸੇਜ ਜਿਹੜਾ ਹੁਣ ਹੋ ਹੀ ਜਾਏ ਇੱਕ ਵਾਰੀ ਕਿਉਂਕਿ ਵੈਸੇ ਤਾਂ ਤੁਸੀਂ ਗੱਲ ਕਰ ਦਿੱਤੀ ਪਰ ਹੁਣ ਇਸ ਚੀਜ਼ ਨੂੰ ਤਰੰਨਮ ਦੇ ਵਿੱਚ ਥੋੜਾ ਜਿਹਾ ਹਾਂਜੀ ਜਿਵੇਂ ਮੇਰੇ ਉਸਤਾਦੇ ਮੁਹਤਰਮ ਆਫਤਾਬ ਮਸੀਕੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਬਹੁਤ ਚੇਂਜ ਲਿਆਂਦਾ ਅਸੀਂ ਪਹਿਲਾਂ ਇੰਨਾ ਸੂਫੀ ਮਿਊਜ਼ਿਕ ਅਸੀਂ ਨਹੀਂ ਸੀ ਸੁਣਿਆ ਲਾਈਕ ਕੋ 20 ਸਾਲ ਪਹਿਲੇ ਤੁਸੀਂ ਸੁਣਿਆ ਸੀ ਇੰਨਾ ਸੂਫੀ ਮਿਊਜ਼ਿਕ ਸੂਫੀ ਤਾਂ ਠੀਕ ਸੀ ਮਿਊਜ਼ਿਕ ਵਿੱਚ ਕਦੀ ਇਕੱਠਿਆਂ ਸੁਣਿਆ ਸੀ ਇੰਨਾ ਬਹੁਤ ਘੱਟ ਕਿਤੇ ਬਹੁਤ ਘੱਟ ਅੱਜ ਮਕਸਦ ਹੈ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਜਿੰਨਾ ਚੇਂਜ ਕੀਤਾ ਜਿੰਨਾ ਕਵਾਲੀ ਨੂੰ ਇੱਕ ਦਰਗਾਹ ਤੋਂ ਦਰਬਾਰਾਂ ਤੋਂ ਉਠਾ ਕੇ ਇਸ ਮੈਸੇਜ ਨੂੰ ਆਲ ਦਾ ਵਰਲਡ ਵੈਸਟਰਨ ਲੋਕਾਂ ਨੂੰ ਵੀ ਮੈਂ ਕੈਨੇਡਾ 'ਚ ਰਹਿ ਰਿਹਾ ਔਰ ਪਿਛਲੇ 10-12 ਸਾਲ ਤੋਂ ਜਾਂ ਨਿਊਯਾਰਕ ਜਾਂ ਤੁਸੀਂ ਵਰਲਡ ਪੂਰੇ 'ਚ ਦੇਖ ਲਓ ਕਿ ਗੋਰੇ ਜਿਹੜੇ ਨੇ ਉਹ ਵੀ ਦਮ ਮਸਕਲੰਦਰ ਕਹਿ ਰਹੇ ਔਰ ਉਹਨਾਂ ਨੂੰ ਚਾਹੇ ਕਿਸੇ ਨੂੰ ਪਤਾ ਹੈ ਕਿ ਦਮ ਮਸਕਲੰਦਰ ਕੀ ਚੀਜ਼ ਲੇਕਿਨ ਉਹ ਖਾਨ ਸਾਹਿਬ ਦਾ ਸਟਾਈਲ ਉਹਨਾਂ ਦਾ ਮਿਊਜ਼ਿਕ
ਔਰ ਅੱਲਾਹੂ, ਇੱਥੋਂ ਤੀਕਰ ਬਾਬਾ ਬੁੱਲੇ ਸ਼ਾਹ ਸਾਹਿਬ ਦਾ ਵੀ ਕਲਾਮ, ਇਹ ਇਹ ਲੋਕ ਇਸੇ ਤਰ੍ਹਾਂ ਜੋ ਖਾਨ ਸਾਹਿਬਾਂ ਨੇ ਟਰਾਂਸਫਰ ਕੀਤਾ ਮੈਸੇਜ ਮਿਊਜ਼ਿਕ ਦੇ ਨਾਲ, ਠੀਕ ਹੈ, ਉਹਦੇ 'ਚ ਹੋਰ ਲੋਕਾਂ ਨੂੰ ਅਟਰੈਕਸ਼ਨ ਹੋ ਗਈ ਅਤੇ ਉਹਨਾਂ ਦਾ ਮੈਂ ਗਾਇਆ ਇੱਕ ਦਮਸ ਕਲੰਦਰ ਪੇਸ਼ ਕਰ ਰਿਹਾ। ਸੋ ਨੀ ਰੇ ਸਾ ਨੀ ਸਭਾ ਨੀ ਮਪੋ ਮਪਾ ਨੀ ਗਰੇ ਗਰੇ ਸੋ ਨੀ ਰੇ ਸਾ ਨੀ ਸਭਾ ਨੀ ਮਪੋ ਮਪਾ ਨੀ ਗਰੇ ਗਰੇ ਸਸ ਸਰੇ ਰੇ ਰੇ ਗਗਾ ਗਰੇ ਰੇ ਸਸ ਸਰੇ ਰੇ ਰੇ ਗਗਾ ਗਰੇ ਸਰੇ ਸਾ ਗਰੇ 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 ਵੇ ਮਮ ਗਰੇ ਸਾ ਸੋ ਨੀ ਰੇ ਸਾ ਧਮ ਮਸਤ ਕਲੰਦਰ ਮਸਤ ਮਸਤ ਧਮ ਮਸਤ ਕਲੰਦਰ ਮਸਤ ਧਮਸਤ ਕਲੰਦਰ ਮਸਤ ਮਸਤ ਧਮਸਤ ਕਲੰਦਰ ਮਸਤ। ਇਹ ਜਿਹੜਾ ਧਮਸਤ ਕਲੰਦਰ ਹੈ, ਇਹਦੇ 'ਚ ਤੁਸੀਂ ਦੇਖੋ ਕਿ ਅਗਰ ਮੈਂ ਕੋਈ ਫਿਲਮੀ ਸੌਂਗ ਗਾਉਣਾ ਤੇ ਮੈਂ ਉਸ ਫੀਲਿੰਗ ਨਾਲ ਨਹੀਂ ਕਹਿ ਸਕਾਂਗਾ ਜੀ। ਅਗਰ ਮੈਂ ਕੋਈ ਸੂਫੀ ਚੀਜ਼ ਗਾਉਣਾ, ਬਾਬਾ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਜਾਂ ਅੱਲਾਹੂ ਮੈਂ ਗਾਉਣਾ, ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸਕੂਨ ਜਿਹਾ ਆਉਂਦਾ ਔਰ ਇੱਕ ਡਿਫਰੈਂਟ ਦੁਨੀਆ 'ਚ ਬੰਦਾ ਚਲਾ ਜਾਂਦਾ। ਸੂਫੀ ਮਿਊਜ਼ਿਕ ਔਰ ਸੂਫੀ ਜਿਹੜਾ ਨਾਮ ਹੈ, ਇਹ ਬੜਾ ਪਵਿੱਤਰ ਨਾਮ ਹੈ, ਬੜਾ ਪਾਕ ਸਾਫ ਨਾਮ ਹੈ। ਤੁਸੀਂ ਯਕੀਨ ਕਰੋ ਕਿ ਅਗਰ ਤੁਸੀਂ ਇਸ ਕਲਾਮ ਨੂੰ ਦਰਗਾਹਾਂ 'ਤੇ ਜਾਂ ਆਪਣੇ ਘਰ ਵੀ ਸਫਾਈ ਕਰਕੇ ਤੁਸੀਂ ਇਬਾਦਤ ਸਮਝ ਕੇ ਕਰੋ ਤੇ ਤੁਹਾਡੀ ਰੂਹ ਜਿਹੜੀ ਤਾਜ਼ਾ ਹੋ ਜਾਂਦੀ ਹੈ, ਤੁਹਾਡੇ ਆਪਣੀਆਂ ਚੀਜ਼ਾਂ ਬੜੀਆਂ ਕਲੀਨ ਹੋ ਜਾਂਦੀਆਂ ਜੀ। ਸੋ ਇੱਕ ਆਪਣੇ ਆਪ ਦੇ ਵਿੱਚ ਜਿੱਥੇ ਇੱਕ ਗਿਆਨ ਆ, ਪਰ ਗਿਆਨ ਦੇ ਨਾਲ ਉਹਨੂੰ ਇੱਕ ਐਸੀ ਰੰਗਤ ਦੇ ਦਿੱਤੀ ਜਾਂਦੀ ਕਿ ਹਰ ਦਿਲ ਦੇ ਵਿੱਚ ਜਾ ਖੁੱਭਦਾ। ਤੇ ਹੁਣ ਆਪਾਂ ਗੱਲ ਜੇ ਕਰੀਏ ਕਿ ਦੋ ਹਿੱਸਿਆਂ 'ਚ ਵੰਡੇ ਗਏ ਆਪਾਂ, ਹਾਂਜੀ ਹਾਂਜੀ, ਇਹ ਪਿਆਰ ਮੁਹੱਬਤਾਂ ਦੀ ਗੱਲ ਸਦੀਆਂ ਤੋਂ ਇਕੱਠੀ ਚੱਲੀ ਆ ਰਹੀ ਸੀ ਜੀ ਜੀ, ਉਹ ਗੋਰੇ ਜਾਂਦੇ ਜਾਂਦੇ ਪਾੜਾ ਪਾ ਗਏ, ਪਰ ਜੋ ਜਿਹੜੀ ਸਾਂਝ ਬਣੀ ਹੋਈ ਹੈ ਜੀ ਜੀ, ਉਸ ਸਾਂਝ ਦੇ ਵਿੱਚ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਹੁਣ ਤੁਸੀਂ ਇੱਥੇ ਚੰਡੀਗੜ੍ਹ ਆਏ ਹੋ ਪਿਛਲੇ ਕਾਫੀ ਦਿਨਾਂ? ਹਾਂਜੀ, ਦੇਖੋ ਮੈਂ ਤੇ ਬਜ਼ੁਰਗਾਂ ਕੋਲੋਂ ਚੀਜ਼ਾਂ ਸੁਣੀਆਂ, ਜ਼ਿਆਦਾ ਅਸੀਂ ਸੁਣਦੇ ਹਾਂ ਕਿਉਂਕਿ ਕੈਨੇਡਾ 'ਚ ਪੰਜਾਬੀ ਆਪਣੇ ਭਾਈ ਬਹੁਤ ਨੇ ਜੀ, ਅਤੇ ਉੱਥੇ ਕਾਫੀ ਰਿਲੀਜਨ ਨੇ, ਲੇਕਿਨ ਉਹ ਸਮਟਾਈਮ ਕਦੀ ਕਦੀ ਕੋਈ ਗੱਲ ਐਸੀ ਹੁੰਦੀ ਹੈ ਨਾ, ਅਤੇ ਉਹ ਫਿਰ ਥੋੜ੍ਹੀ ਜਿਹੀ ਤਰੀਕ ਨੂੰ ਥੋੜ੍ਹਾ ਜਿਹਾ ਦੁਹਰਾਇਆ ਜਾਂਦਾ। ਇੰਨਾ ਪਾਕਿਸਤਾਨ 'ਚ ਰਹਿ ਕੇ ਪਤਾ ਨਹੀਂ ਸੀ ਹੈਗਾ, ਅਤੇ ਆਪਣੀ ਏਜ ਵੀ ਓਨੀ ਨਹੀਂ ਕਿ ਜਿਹੜੇ ਉਹ ਵਕਤ ਸੀ ਉਹ ਨਾ ਖਾਨੇ ਵੇਖਿਆ ਔਰ ਨਾ ਹੀ ਉਹਦੀ ਫੀਲਿੰਗ, ਸਿਰਫ ਗੱਲ ਸੀ ਸੁਣਨੇ ਆ ਜਿਹੜੀ। ਅੱਛਾ, ਉਹ ਗੱਲ ਸੁਣਨ ਦੇ ਬਾਅਦ ਫਿਰ ਜਦੋਂ ਅਸੀਂ ਮਿਲਾਪ ਵੇਖਦੇ ਹਾਂ ਆਪਣਾ, ਸਾਡੇ ਜਿਹੜੇ ਫਨਕਾਰ ਨੇ, ਸਾਡੇ ਜਿਹੜੇ ਆਰਟਿਸਟ ਨੇ, ਅੱਜ ਤੋਂ ਤੁਸੀਂ 20 ਸਾਲ ਪਿੱਛੇ ਚਲੇ ਜਾਓ, ਠੀਕ ਹੈ, ਜਾਂ 15 ਸਾਲ ਪਿੱਛੇ ਚਲੇ ਜਾਓ, ਤੁਸੀਂ ਦੇਖ ਲਓ ਕਿ ਸਾਡੇ ਫਨਕਾਰਾਂ ਨੇ ਆਸਤਾ 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 ਕਿੰਨੀ ਆਪਸ 'ਚ ਦੋਵਾਂ ਪਾਸਿਓਂ ਜੀ ਮੁਹੱਬਤ ਪੈਦਾ ਕੀਤੀ। ਔਰ ਯਕੀਨ ਕਰੋ ਕਿ ਜਿੰਨਾ ਮਾਨ ਤਰਾਨ ਮੈਨੂੰ ਪੰਜਾਬ 'ਚ ਮਿਲਿਆ, ਔਰ ਮੇਰੇ ਦਿਲ ਦੀ ਬੜੀ ਖੁਆਇਸ਼ ਸੀ ਕਿ ਕਦੀ ਪਰਵਰਦਿਗਾਰ ਮੈਂ ਜਾਵਾਂਗਾ ਇੰਡੀਆ। ਮੈਂ ਯਕੀਨ ਕਰੋ ਕਿ ਮੈਂ ਬਚਪਨ 'ਚ ਇੱਕ ਦਫ਼ਾ ਮੈਂ ਖਾਬ ਦੇਖਿਆ ਅਤੇ ਮੈਂ ਉਹਦੇ 'ਚ ਦੇਖਣਾ ਕੀ ਆ ਕਿ ਮੈਂ ਕਿਹਾ ਬਾਰਡਰ ਦੇ ਰਸਤੇ ਮੈਂ ਲਗਾ ਰਿਹਾ, ਅਸੀਂ ਸ਼ਾਦਰੇ ਰਹਿੰਦੇ ਹਾਂ ਲਾਹੌਰ ਦੇ ਨਾਲ। ਅੱਛਾ, ਅਤੇ ਮੇਰੇ ਦਿਲ 'ਚ ਕਿ ਮੈਂ ਜਾ ਕੇ ਮੈਂ ਫਿਲਮ ਇੰਡਸਟਰੀ 'ਚ ਜਾ ਕੇ ਹੀਰੋਆਂ ਨੂੰ ਵੇਖਾਂ, ਮੈਂ ਇਸ ਤਰ੍ਹਾਂ ਫਿਰਾਂ ਦੇਖਾਂ ਸਾਰਾ। ਉਹ ਮੈਂ ਇੱਕ ਦਫ਼ਾ ਬਚਪਨ 'ਚ ਮੈਂ ਹੁਣ ਆਇਆ ਅਤੇ ਮੈਨੂੰ ਪੁਰਾਣੀਆਂ ਚੀਜ਼ਾਂ ਮੇਰੇ ਜ਼ਿਹਨ 'ਚ ਆ ਰਹੀਆਂ ਕਿ ਪਰਵਰਦਿਗਾਰ ਤੇਰੇ ਸਦਕੇ ਜਾਵਾਂ ਕਿ ਅੱਜ ਤੋਂ 20-25 ਸਾਲ ਜਿਹੜੀ ਇੱਕ ਤੂੰ ਮੈਨੂੰ ਸੂਰਤ ਵਹਾਈ ਸੀ ਅੱਜ ਮੇਰੀ ਉਹ ਪੂਰੀ ਹੋਈ। ਔਰ ਮੈਨੂੰ ਇੰਨਾ ਮਾਨ ਤਰਾਨ ਦਿੱਤਾ ਆਪਣੇ ਪੰਜਾਬੀ ਭਾਈਆਂ ਨੇ, ਦੂਸਰਿਆਂ ਨੇ, ਇੱਥੋਂ ਦੇ ਆਰਟਿਸਟਾਂ ਨੇ, ਇੱਥੋਂ ਦੇ ਮੀਡੀਆ ਨੇ, ਇੱਥੋਂ ਦੇ ਹਰ ਬੰਦੇ ਨੇ, ਔਰ ਇਹ ਸਦਕਾ ਸਾਰਾ ਮੇਰੇ ਮਾਂ ਬਾਪ ਦਾ ਔਰ ਖਾਨ ਸਾਹਿਬ ਮੇਰੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਔਰ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਕਿ ਮੈਂ ਜਿੱਥੇ ਵੀ ਗਿਆ ਜਿੱਥੇ ਵੀ ਗੱਲ ਕੀਤੀ ਹੈ। ਲਾਸਟ ਮੇਰਾ ਖਿਆਲ ਹੈ ਕੋਈ 2 ਦਿਨ ਤੋਂ ਇਹੋ ਹੀ ਸਿਲਸਿਲਾ ਚੱਲਦਾ ਪਿਆ ਔਰ ਮੈਨੂੰ ਇੰਨੀ ਕੁ ਮੁਹੱਬਤ ਮਾਨ ਤਰਾਨ ਮਿਲਦਾ ਪਿਆ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਅਤੇ ਹੁਣ ਗੱਲ ਕਰੀਏ ਜੇ ਸਾਡੇ ਸਾਂਝੇ ਬਾਬਾ ਬੁੱਲਾ ਸ਼ਾਹ ਜੀ ਜੀ ਜੀ, ਬਾਬਾ ਬੁੱਲੇ ਸ਼ਾਹ ਜੀ ਦੀ ਗੱਲ ਦੇ ਬਗੈਰ ਮੇਰੇ ਖਿਆਲ ਸੂਫੀਜ਼ਮ ਦੀ ਗੱਲ ਜਾਂ ਕਿਸੇ ਵੀ ਕੋਈ ਵੀ ਗੱਲ ਜਿਹੜੀ ਹੈ ਨਾ ਪਿਆਰ ਦੀ ਗੱਲ ਜਿਹੜੀ ਅਧੂਰੀ ਜੀ ਮਹਿਸੂਸ ਹੋਵੇ ਜੀ। ਬਾਬਾ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਉਹਨਾਂ ਦਾ ਮੈਸੇਜ ਹੀ ਹੈ ਔਰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਮੈਸੇਜ ਦਿੱਤਾ। ਪੜੀ ਪੜੀ ਆਲਮ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ
ਭਜ ਭਜ ਵੜਦਾ ਮੰਦਰ ਮਸੀਤਾ ਕਦੇ ਮਨ ਆਪਣੇ ਵਿੱਚ ਵੜਿਆਈ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਸ ਆਪਣੇ ਨਾਲ ਲੜਿਆਈ ਨਹੀਂ ਭੁੱਲੇ ਸ਼ਾਹ ਅਸਮਾਨ ਉਡਦੀਆਂ ਫੜਦਾ ਜਿਹੜਾ ਕਰ ਬੈਠਾ ਉਹਨੂੰ ਫੜਿਆਈ ਨਹੀਂ ਸਿਰ ਤੇ ਟੋਪੀ ਤੇ ਨੀਅਤ ਖੋਟੀ ਮੈਂ ਅਕਸਰ ਜਦੋਂ ਸ਼ੋ ਕਰਨਾ ਬਾਹਰ ਅੰਦਰ ਜਦੋਂ ਇਹ ਸ਼ੇਰ ਮੈਂ ਕਹਿਣਾ ਤੇ ਉਹ ਮੇਰੇ ਇੱਕ ਜ਼ਿਹਨ ਚ ਆ ਜਾਂਦੀ ਇੱਕ ਟੋਪੀ ਉਹ ਹੁੰਦੀ ਕਿ ਜਿਹੜੀ ਤੁਸੀਂ ਲੋਕਾਂ ਨੂੰ ਪਵਾਉਂਦੇ ਹੋ ਅੱਜ ਕੱਲ੍ਹ ਦੀ ਟੋਪੀ ਇੱਧਰ ਦੀ ਟੋਪੀ ਇੱਧਰ ਇੱਕ ਟੋਪੀ ਉਹ ਹੈ ਕਿ ਜਿਹੜੀ ਅਸੀਂ ਨਮਾਜ਼ ਪੜ੍ਹਨ ਜਾਂਦੇ ਹਾਂ ਇੱਕ ਤੁਸੀਂ ਵੀ ਜਿਹੜੀ ਪਗੜੀ ਰੱਖੀ ਹੈ ਇਹ ਵੀ ਸ਼ਕਲ ਹੈ ਇੱਕ ਮਕਸਦ ਹੈ ਟੋਪੀ ਦਾ ਤੇ ਜਿਹੜੀ ਬਾਬਾ ਬੁੱਲਾ ਸ਼ਾਹ ਸਾਹਿਬ ਨੇ ਫਰਮਾਇਆ ਅਰਜ਼ ਕੀਤੀ ਉਹਦਾ ਫਰਕ ਕੀ ਹੈ ਟੋਪੀ ਦਾ ਸਿਰ ਤੇ ਟੋਪੀ ਤੇ ਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਤਰ ਕੇ ਚਿਲੇ ਕੱਟੇ ਤੇ ਰੱਬ ਨਾ ਮਿਲਿਆ ਲੈਣਾ ਕੀ ਚਿਲਿਆਂ ਵਿੱਚ ਵੜ ਕੇ ਜਾਗ ਬਿਨਾ ਦੁੱਧ ਨਹੀਂ ਉਹ ਜੰਮਦਾ ਭਾਵੇਂ ਲਾਲ ਹੋਵੇ ਰਾਤੀ ਜਾਗੇ ਤੇ ਸ਼ੇਖ ਸਦਾਵੇਂ ਰਾਤੀ ਜਾਗਣ ਕੁੱਤੇ ਤੈਥੀ ਉੱਤੇ ਪੌਂਕਣਾ ਮੂਲ ਉਹ ਬਸ ਨਾ ਕਰ ਦੇ ਫਿਰ ਜਾ ਰੜਾ ਵਿੱਚ ਸੁੱਤੇ ਤੈਥੀ ਉੱਤੇ ਮਾਲਕ ਦਾ ਬੂਹਾ ਮੂਲ ਨਾ ਛੱਡ ਦੇ ਭਾਵੇਂ ਮਾਰੀਏ ਸੌ ਸੌ ਜੁੱਤੇ ਤੈਥੀ ਉੱਤੇ ਬਾਬਾ ਬੁੱਲਿਆ ਉੱਠ ਯਾਰ ਮਨਾ ਲੈ ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ਤੈਥੀ ਉੱਤੇ ਤੇ ਗੱਲ ਇਹੋ ਹੀ ਹੈ ਕਿ ਅਗਰ ਬਾਜ਼ੀ ਕੁੱਤੇ ਲੈ ਜਾਣ ਤੇ ਫਿਰ ਉਹਨਾਂ ਕੁੱਤਿਆਂ 'ਚ ਵੀ ਤਾਂ ਕੋਈ ਗੱਲ ਹੋਏ ਤਾਂ ਜਿਹੜੇ ਬਾਜ਼ੀ ਲੈ ਜਾਣਗੇ ਕਿਉਂਕਿ ਜੀ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਇਹ ਐਸੀਆਂ ਖਿੱਚ ਵਾਲੀਆਂ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਜੀ ਜੀ ਬਿਲਕੁਲ ਹਮ ਕੂਕਰ ਤੇਰੇ ਦਰਬਾਰ ਭੌਂਕੇ ਅੱਗੇ ਬਦਨ ਪਸਾਰ ਸੋ ਇਹ ਜਿਹੜੀ ਇੱਕ ਸਾਂਝ ਹੈ ਦਿਲਾਂ ਦੀ ਇੱਕ ਪਿਆਰ ਦੀ ਸਾਂਝ ਹੈ ਉਹ ਸਾਡੇ ਸਾਹਮਣੇ ਜਿਹੜੀ ਇਸ ਢੰਗ ਦੇ ਨਾਲ ਕਿਉਂਕਿ ਸੂਫੀ ਗਾਇਕੀ ਮੈਂ ਸਮਝਦਾ ਕਿ ਪੰਜਾਬੀਆਂ ਦੀ ਤਾਂ ਇੱਕ ਰੂਹ ਦੀ ਖੁਰਾਕ ਹੈ ਹੀ ਹੈ ਅੱਜ ਪੂਰੀ ਦੁਨੀਆ ਇਸ ਦੇ ਨਾਲ ਜੁੜਦੀ ਜਾ ਰਹੀ ਹੈ ਅਤੇ ਖਿੱਚੀ ਜਾ ਰਹੀ ਹੈ ਅਤੇ ਇਸ ਦੀਆਂ ਹੋਰ ਰਮਜ਼ਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰਾਈਮ 7 ਵਿੱਚ ਛੋਟਾ ਜਿਹਾ ਬ੍ਰੇਕ ਲੈ ਕੇ